ਸਭ ਨੂੰ ਵਿਆਪਾਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਟੇਸ਼ਨ ਅਤੇ ਮੈਂ ਕਮਲਦੀਪ ਸਿੰਘ। ਗੁਰਬਾਣੀ ਦਾ ਫਰਮਾਣਾ ਜੀ, ਦੱਦਾ ਦਾ ਤਾਂ ਇਹ ਕਿ ਸਭ ਕੋ ਦੇਵਨ ਹਾਰ ਦਿੰਦੇ ਤੋੜ ਨਾ ਆਵੇ ਅਗੰਤ ਭਰੇ ਭੰਡਾਰ। ਇਹ ਲਾਈਨ ਅੱਜ ਮੈਂ ਤਾਂ ਬੋਲੀ ਹੈ ਕਿਉਂਕਿ ਫਿਲਮ ਰਿਲੀਜ਼ ਹੋਈ ਸੀ ਅਰਦਾਸ ਕਰਾਂ। ਇਹਦੇ ਰਿਲੀਜ਼ ਹੋਣ ਤੋਂ ਪਹਿਲਾਂ ਕਾਫੀ ਸਵਾਲ ਸੀਗੇ ਕਿ ਫਿਲਮ ਕਮਾਈ ਕਰੂਗੀ, ਚੱਲੂਗੀ ਜਾਂ ਨਾ ਚੱਲੂਗੀ। ਅਰਦਾਸ ਪਹਿਲਾਂ ਇੱਕ ਬਹੁਤ ਵੱਡਾ ਲੈਵਲ ਸੈੱਟ ਕਰ ਚੁੱਕੀ ਸੀ ਕਿ ਉਸ ਲੈਵਲ ਨੂੰ ਪਾਰ ਕਰ ਸਕੂਗੀ ਜਾਂ ਨਾ ਕਰ ਸਕੂਗੀ। ਪਰ ਇਸ ਫਿਲਮ ਨੂੰ ਇੰਨਾ ਪਿਆਰ ਮਿਲਿਆ, ਅੱਜ ਸਪੈਸ਼ਲ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਪਹਿਲੇ ਵੀਕਐਂਡ ਵੀ 13 ਕਰੋੜ ਅਤੇ 12 ਲੱਖ ਰੁਪਇਆ ਕਮਾਇਆ। ਅਤੇ ਇਸ ਫਿਲਮ ਦੇ ਵਿੱਚ ਅਹਿਮ ਕਿਰਦਾਰ ਨਿਭਾਇਆ ਯੋਗਰਾਜ ਸਿੰਘ ਜੀ ਨੇ, ਉਹ ਸਾਡੇ ਨਾਲ ਆਪਾਂ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਸਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਮੈਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਕੀ ਤੁਹਾਨੂੰ ਲੱਗ ਰਿਹਾ ਕਿ ਤੁਹਾਡੀ ਜ਼ਿੰਦਗੀ ਦੀ ਇੱਕ ਅਹਿਮ ਫਿਲਮ ਸੀ, ਸਭ ਤੋਂ ਵਧੀਆ ਫਿਲਮ ਸੀ? ਮਾਂ ਨੂੰ ਹਰ ਬੱਚਾ ਬੜਾ ਪਿਆਰਾ ਹੁੰਦਾ। ਮੈਨੂੰ ਹਰ ਫਿਲਮ ਜਿਹੜੀ ਮੈਂ ਪਹਿਲਾਂ ਕੀਤੀ ਸੀ ਜਾਂ ਹੁਣ ਅਰਦਾਸ ਕਰਾਂ ਕੀਤੀ ਹੈ, ਮੇਰੇ ਦਿਲ ਦੇ ਬਹੁਤ ਕਰੀਬ ਹੈ। ਇਹ ਹੋਰ ਗੱਲ ਹੈ, ਕਿਸੇ ਬੱਚੇ ਦਾ ਰੰਗ ਕਾਲਾ ਸੀ, ਕੋਈ ਲੰਘ ਮਾਰ ਕੇ ਚੱਲਦਾ ਸੀ, ਕੋਈ ਅੰਨਾ ਸੀ, ਪਰ ਮਾਂ ਨੂੰ ਬੱਚੇ ਸਾਰੇ ਪਿਆਰ, ਬਹੁਤ ਪਿਆਰ ਭਰੇ ਆਪਣੇ ਦਿਲ 'ਚ ਉਹ ਰੱਖਦੀ ਹੈ। ਔਰ ਜਿੰਨਾ ਮਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ, ਸ਼ਾਇਦ ਕਿਸੇ ਬੰਦੇ ਕਿਸੇ ਇਨਸਾਨ ਨੂੰ ਹੋ ਵੀ ਨਹੀਂ ਸਕਦਾ। ਮੈਂ ਸਮਝਦਾ ਕਿ ਇੰਨੀ ਦੇਰ ਜਰਨੀ 48 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਬਣੀਆਂ, ਮੈਂ ਵਿਲਨ ਕੀਤਾ, ਹੀਰੋ ਕੀਤਾ, ਟ੍ਰਿਪਲ ਰੋਲ ਕੀਤੇ, ਸਭ ਕੁਝ ਕੀਤਾ, ਬੜੀ ਪਰਮਾਤਮਾ ਦੀ ਮਿਹਰ ਰਹੀ ਹੈ। ਪਰ ਅਰਦਾਸ, ਮੈਂ ਅੱਜ ਇਹ ਮਹਿਸੂਸ ਕਰਦਾ ਕਿ ਮੈਂ ਪਹਿਲੀ ਅਰਦਾਸ ਕਿਉਂ ਨਹੀਂ ਸੀਗਾ, ਮੈਨੂੰ ਮਿਸ ਕੀਤਾ। ਮੈਂ ਐਡਾ ਵੱਡਾ ਸਿਨੇਮਾ, ਐਡੀ ਵੱਡੀ ਫਿਲਮ ਜਿਹਦੀ ਟੇਕਿੰਗ ਜ਼ਿੰਦਗੀ ਦੇ ਵਿੱਚ, ਮੈਨੂੰ ਐਂ ਲੱਗਦਾ ਜਦੋਂ ਮੈਂ ਕੋਈ ਹਾਲੀਵੁੱਡ ਫਿਲਮ ਦੇਖ ਲਿਆ ਹੁੰਦਾ। ਲੈਂਗੁਏਜ ਪੰਜਾਬੀ ਹੈ, ਮੈਨੂੰ ਬੜਾ ਮਾਣ ਇਸ ਗੱਲ ਦਾ। ਇਹ ਜਿਹੜੀ ਸੋਚ ਹੈ, ਇਹ ਜਿਹੜਾ ਸ਼੍ਰੇਅ ਹੈ ਸਾਰਾ, ਇਹ ਗਿੱਪੀ ਗਰੇਵਾਲ ਜੀ ਨੂੰ ਜਾਂਦਾ, ਰਾਣਾ ਰਣਵੀਰ ਜੀ ਨੂੰ ਜਾਂਦਾ, ਅਮਨ ਖੱਟਕਰ ਨੂੰ ਜਾਂਦਾ, ਔਰ ਸਾਰੀ ਟੀਮ ਨੂੰ ਜਾਂਦਾ। ਲੇਕਿਨ ਇੱਕ ਡਾਇਰੈਕਟਰ, ਪ੍ਰੋਡਿਊਸਰ ਅਤੇ ਇੱਕ ਰਾਈਟਰ ਹੋਣ ਦੇ ਨਾਤੇ ਮੈਂ ਸੋਚਦਾ ਕਿ ਐਡਾ ਵੱਡਾ ਮੇਕਰ, ਐਡਾ ਵੱਡਾ ਇਨਸਾਨ, ਇਨਸਾਨ ਉਹ ਐਡਾ ਵੱਡਾ, ਜੇ ਕਿ ਤੁਸੀਂ ਮਾੜਾ ਜਿਹਾ ਗਿੱਪੀ ਜੀ ਬਾਰੇ ਮੈਂ ਗੱਲ ਕਰਾਂ ਕਿ ਦੇਖੋ, ਜਿੰਨ ਉਹਨਾਂ ਨੇ ਫਿਲਮ ਬਣਾਈ, ਆਪ ਪ੍ਰੋਡਿਊਸਰ ਸੀ, ਆਪ ਡਾਇਰੈਕਟਰ ਸੀ, ਲੇਕਿਨ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਨਹੀਂ ਰੱਖਿਆ। ਉਹਨਾਂ ਨੇ ਫਿਲਮ ਬਣਾਈ, ਹਰ ਕਿਰਦਾਰ ਜਿਹੜਾ ਡਿਜ਼ਰਵ ਕਰਦਾ ਸੀ ਉਹਨੂੰ ਅੱਗੇ ਰੱਖਿਆ। ਪਹਿਲਾਂ ਵੀ ਮੈਂ ਉਹਨਾਂ ਦੀਆਂ ਫਿਲਮਾਂ ਦੇਖੀਆਂ ਨੇ, ਉਹ ਕਿਉਂ ਕਾਮਯਾਬ ਨੇ, ਕਿਉਂ ਅੱਜ ਜੈ ਜੈਕਾਰ ਹੈ, ਕਿਉਂਕਿ ਉਹ ਹਮੇਸ਼ਾ ਫਿਲਮ ਬਾਰੇ ਸੋਚਦੇ ਆ। ਮੈਂ ਫਿਲਮ ਬਣਾਉਣੀ, ਉਹ ਇਹ ਨਹੀਂ ਸੋਚਦੇ ਕਿ ਮੈਂ ਹੀਰੋ ਹਾਂ ਜਾਂ ਮੈਂ ਪ੍ਰੋਡਿਊਸਰ ਹਾਂ, ਮੈਂ ਅੱਗੇ ਆਉਣਾ, ਜਿਹੜੀ ਕਿ ਬਹੁਤ ਸਾਰੇ ਲੋਕਾਂ ਦੀ ਸੋਚ ਰਹਿੰਦੀ ਹੈ। ਸੋ ਇਸੇ ਕਰਕੇ ਐਡਾ ਵੱਡਾ ਸਿਨੇਮਾ ਬਣਿਆ। ਹੁਣ ਮੈਂ ਸਮਝਦਾ, ਜੇ ਤੁਸੀਂ ਮਾਈਨਿਊਟਲੀ ਫਿਲਮ ਦੇਖੀ ਹੋਵੇ, ਧਿਆਨ ਨਾਲ, ਕਿਉਂਕਿ ਮੈਂ 2 ਵਾਰੀ ਫਿਲਮ ਦੇਖੀ, ਔਰ ਮੈਂ ਮਜਬੂਰ ਹੋ ਗਿਆ ਇਸ ਗੱਲ 'ਤੇ ਸੋਚਣ ਵਾਸਤੇ ਕਿ ਯੋਗਰਾਜ ਸਿੰਘ ਅਜੇ ਬਹੁਤ ਕੁਝ ਸਿੱਖਣਾ ਇਸ ਫਿਲਮ ਤੋਂ, ਤੂੰ ਹੋਰ ਬਹੁਤ ਕੁਝ ਸਿੱਖ ਸਕਦਾ। ਮੈਂ ਮਾਰਕਿੰਗ ਕਰਕੇ ਆਪਣੇ ਪੇਜ 'ਤੇ, ਆਪਣੀ ਡਾਇਰੀ ਮੈਂ ਲਿਖਦਾ, ਉਹਦੇ ਵਿੱਚ ਲੈ ਕੇ ਆਇਆ, ਜਿਹਦੇ ਬਾਰੇ ਮੈਂ ਡਿਸਕਸ ਘਰ 'ਚ ਕਰਦਾ, ਬੱਚਿਆਂ ਨੂੰ ਕਰਦਾ। ਮੇਰੀ ਫੈਮਿਲੀ 'ਤੇ ਬੜਾ ਅਸਰ ਹੋਇਆ, ਮੇਰੇ ਸਾਰੇ ਪਰਿਵਾਰ ਦੇ ਵਿੱਚ ਬੜਾ ਅਸਰ ਹੋਇਆ। ਅੱਜ UV ਦੇਖਣ ਜਾ ਰਿਹਾ ਟੋਰੋਂਟੋ ਪਿਕਚਰ ਹੈ ਜੀ, ਆਪਣੇ ਦੋਸਤਾਂ ਨਾਲ ਉੱਥੇ, ਮੈਂ ਕਿਹਾ ਜ਼ਰੂਰ ਦੇਖ ਕੇ, ਕਹਿੰਦਾ ਪਾਪਾ ਕਿਆ ਜੈ ਜੈਕਾਰ ਆ ਪਿਕਚਰ ਦੀ, ਮੈਂ ਕਿਹਾ ਤੂੰ ਦੇਖ ਕੇ ਤੈਨੂੰ ਪਤਾ ਲੱਗੂਗਾ। ਮੈਂ ਚਾਹੁੰਦਾ ਕਿ ਸਾਰੇ ਸਿੱਖਣ ਔਰ ਇਸ ਫਿਲਮ ਤੋਂ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਨਵੇਂ ਤਰੀਕੇ ਤੋਂ ਸ਼ੁਰੂ ਕਰਨ। ਦੇਖੋ, ਕੁਝ ਸਿਨੇਮੇ ਹੁੰਦੇ ਆ ਤੁਸੀਂ ਜਾ ਕੇ ਕੰਮ ਕਰਦੇ ਹੋ, ਤੁਸੀਂ ਫਿਲਮ ਚੱਲਦੀ ਹੈ, ਕਿਉਂਕਿ ਮੇਰੇ ਲਈ ਹਰ ਡਾਇਰੈਕਟਰ, ਹਰ ਪ੍ਰੋਡਿਊਸਰ, ਹਰ ਫਿਲਮ ਮੇਕਰ ਬਹੁਤ ਅਜੀਜ਼ ਹੈ, ਮੈਂ ਆਪਣੇ ਮੇਰੇ ਮਨ 'ਚ ਵੱਸਦਾ। ਪਰ ਜੋ ਸਟੈਂਡਰਡ ਆਪਾਂ ਫਿੱਟ ਕਰ ਦਿੰਦੇ ਹਾਂ, ਕਿਸੇ ਫਿਲਮ ਨੂੰ ਕਿਸੇ ਫਿਲਮ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ, ਕਿਸੇ ਆਰਟਿਸਟ ਨੂੰ ਕਿਸੇ ਆਰਟਿਸਟ ਨਾਲ ਕੰਪੇਅਰ ਨਹੀਂ ਕਰਨਾ ਚਾਹੀਦਾ। ਹਰ ਇਨਸਾਨ, ਹਰ ਬੰਦਾ ਅਲੱਗ ਅਲੱਗ ਹੁੰਦਾ, ਹਰ ਫਿਲਮ ਅਲੱਗ ਅਲੱਗ ਹੁੰਦੀ ਹੈ, ਲੇਕਿਨ ਕੋਈ ਸਿਨੇਮਾ ਐਸਾ ਬਣਦਾ ਜਿਹਨੂੰ ਤੁਸੀਂ ਦੇਖ ਕੇ ਕਹਿੰਦੇ ਵਾਹ ਕਿਆ ਬਾਤ ਹੈ। ਪਹਿਲੀ ਫਿਲਮ ਮੈਂ ਦੇਖੀ ਹੈ ਜਿਹਦੇ ਵਿੱਚ ਫਲੋਟ ਕਰ ਰਹੇ ਹਾਂ, ਟੇਕਿੰਗ ਦੇਖੋ ਤੁਸੀਂ, ਕੈਮਰੇ ਦਾ ਕਮਾਲ ਦੇਖੋ ਤੁਸੀਂ, ਡਾਇਰੈਕਸ਼ਨ ਦਾ ਕਮਾਲ ਦੇਖੋ ਤੁਸੀਂ, ਡਾਇਲੋਗਸ ਦਾ ਕਮਾਲ ਦੇਖੋ, ਕਿਸ ਤਰ੍ਹਾਂ ਹੈਂਡਲ ਕੀਤਾ। ਇਹ ਇੱਕ ਬੜੇ ਵੱਡੇ ਮੇਕਰ ਦੀ ਜਿਹੜੀ ਸੋਚ ਹੈ, ਔਰ ਮੈਂ ਸਮਝਦਾ
ਕਿ ਗਿੱਪੀ ਜੀ ਦੀ ਜਿਹੜੀ ਸੋਚ ਹੈਗੀ ਹੈ, ਮੈਂ ਚਾਹੂੰਗਾ ਸਾਰੇ ਆਪਾਂ ਜਿੰਨੇ ਵੀ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਬਾਹਰੋਂ NRI ਜਿੰਨੇ ਨੇ, ਆਪਾਂ ਉਪਰਾਲਾ ਕਰੀਏ ਕਿ ਐਟਲੀਸਟ ਆਪਾਂ ਇੱਕ ਅੱਧੀ ਫਿਲਮ, ਜਿਵੇਂ ਗੁੱਗੀ ਜੀ ਨੇ ਕਿਹਾ, ਇਹੋ ਜਿਹੀ ਜ਼ਰੂਰ ਦਿਆ ਕਰੀਏ ਜਿਹਦੇ ਨਾਲ ਆਪਾਂ ਨੂੰ ਸਿੱਖਿਆ ਮਿਲੇ। ਐਂਟਰਟੇਨਮੈਂਟ ਵੀ ਜ਼ਰੂਰੀ ਹੈ, ਕਾਮੇਡੀ ਵੀ ਜ਼ਰੂਰੀ ਹੈ, ਸਭ ਚੀਜ਼ਾਂ ਜ਼ਰੂਰੀ ਹੈ। ਸਾਡੇ ਬੜੇ ਮਾਜ਼ੇ ਮਾਜ਼ੇ ਡਾਇਰੈਕਟਰ ਹੈਗੇ ਸਾਡੀ ਇੰਡਸਟਰੀ ਦੇ ਵਿੱਚ, ਔਰ ਬੜੇ ਬੜੇ ਚੰਗੀ ਚੰਗੀ ਫਿਲਮਾਂ ਉਹਨਾਂ ਨੇ ਬਣਾਈਆਂ, ਬਟ ਆਹ ਫਿਲਮ ਦਾ ਜਿਹੜਾ ਕੋਨਸੈਪਟ ਹੈ ਇਹ ਗ੍ਰਾਫਿਕ ਕੁਛ ਹੋਰ ਹੈ। ਮੈਂ ਆਪਣੀ ਗੱਲ ਕਰ ਸਕਦਾ, ਲੋਕਾਂ ਦੀ ਗੱਲ ਕਰ ਸਕਦਾ ਕਿ ਕਿੱਦਾਂ ਲੋਕਾਂ ਨੇ, ਮੈਂ ਬੱਚਿਆਂ ਨੂੰ ਦੇਖਿਆ ਜਿੱਥੇ ਮੈਂ ਰਹਿ ਰਿਹਾ ਉਸ ਕਾਲੋਨੀ ਦੇ ਵਿੱਚ, ਸਾਰੇ ਇਕੱਠੇ ਹੋ ਕੇ ਕਹਿੰਦੇ ਸਰ ਹਮ ਪਿਕਚਰ ਦੇਖਣੇ ਜਾ ਰਹੇ ਹਾਂ, ਸਰ ਹਮ ਅਸੀਂ ਪਿਕਚਰ। ਜਿਹੜੇ ਕਿਸੇ ਵੀ ਕਮਿਊਨਿਟੀ ਦੇ, ਇਹ ਨਹੀਂ ਵੀ ਉਹ ਨੌਨ ਪੰਜਾਬੀ ਫਿਲਮ ਦੇਖ ਰਹੇ ਨੇ, ਕਮਾਲ ਦੀ ਗੱਲ ਤਾਂ ਇਹ ਹੈ ਲੋਕ ਤਾਮਿਲਨਾਡੂ ਦੇ ਵਿੱਚ ਫਿਲਮ ਨੂੰ ਦੇਖ ਰਹੇ ਹੈ, ਉਹਨਾਂ ਵਿੱਚ ਟਾਈਟਲ ਸਬ ਟਾਈਟਲ ਚੱਲ ਰਿਹਾ। ਮੈਂ ਤਾਂ ਗਿੱਪੀ ਜੀ ਨੂੰ ਕਹੂੰਗੀ ਫਿਲਮ ਨੂੰ ਆਪਾਂ ਟ੍ਰਾਂਸਲੇਟ ਕਰ ਦਈਏ ਸਾਰੀਆਂ ਲੈਂਗੁਏਜ ਦੇ ਵਿੱਚ। ਕਮਾਲ, ਬਾ ਕਮਾਲ ਫਿਲਮ ਬਣੀ ਹੈ, ਬਾ ਕਮਾਲ ਫਿਲਮ ਬਣੀ। ਸਰ ਜੀ ਬਹੁਤ ਬਹੁਤ ਧੰਨਵਾਦ ਜੀ, ਅਤੇ ਬਹੁਤ ਬਹੁਤ ਮੁਬਾਰਕਾਂ ਜੀ, ਅਤੇ ਅਸੀਂ ਇਹੀ ਦੁਆ ਕਰ ਦਿਆਂਗੇ ਤੁਸੀਂ ਅੱਗੇ ਵੀ ਸਾਡੇ ਲਈ ਬਹੁਤ ਬਹੁਤ ਫਿਲਮਾਂ, ਇਹੋ ਜਿਹੀਆਂ ਫਿਲਮਾਂ ਲੈ ਕੇ ਆਉਂਦੇ ਰਹੋ, ਕਿਉਂਕਿ ਲੋਕਾਂ ਨੂੰ ਜਦੋਂ ਇੱਕ ਵਾਰੀ ਇੱਦਾਂ ਦੀ ਚੀਜ਼ ਆ ਜਾਂਦੀ ਹੈ ਤਾਂ ਉਮੀਦਾਂ ਬਹੁਤ ਵੱਧ ਜਾਂਦੀਆਂ ਕਿ ਇੱਦੋਂ ਉੱਪਰ ਲਈ ਕੋਈ ਚੀਜ਼ ਆਵੇ ਜਿਹਦੇ ਨਾਲ ਸਮਾਜ ਨੂੰ ਸਿੱਖਿਆ ਮਿਲੇ। ਮੈਂ ਜ਼ਰੂਰ ਕਹੂੰਗਾ, ਮੈਂ ਧੰਨਵਾਦ ਸਾਰੀ ਮੀਡੀਆ ਦਾ ਕਰਦਾ, ਔਰ ਮੈਂ ਬਾਰ ਬਾਰ ਇਹ ਗੱਲ ਜਦ ਵੀ ਤੁਸੀਂ ਲੋਕ ਮੇਰੇ ਨਵਾਜ਼ਿਬ ਲੋਕ ਹੋ ਮਿਲਦੇ ਹੋ, ਮੈਂ ਇਹੀ ਕਹਿੰਦਾ ਕਿ ਮੀਡੀਆ ਕਰਕੇ ਹੀ ਸਾਰਾ ਕੁਛ ਹੈ। ਮੈਂ ਕਈ ਵਾਰੀ ਸੋਚਦਾ ਹੁੰਦਾ ਸਾਡੇ ਟਾਈਮ ਦੇ ਜਦੋਂ ਅਸੀਂ ਫਿਲਮਾਂ ਬਣਾਉਂਦੇ ਸੀਗੇ ਉਹ ਯੁੱਗ ਦੇ ਵਿੱਚ ਇਹੋ ਜਿਹਾ ਮੀਡੀਆ ਹੁੰਦਾ, ਇਹੋ ਜਿਹੀ ਪ੍ਰਮੋਸ਼ਨ ਹੁੰਦੀ ਤਾਂ ਸ਼ਾਇਦ ਫਿਲਮਾਂ ਲੋਕ ਪਾੜ ਕੇ ਲਾਉਂਦੇ। ਬਟ ਮੈਂ ਧੰਨਵਾਦ ਪ੍ਰੈਸ ਦਾ, ਮੀਡੀਆ ਦਾ ਜ਼ਰੂਰ ਕਰਦਾ, ਔਰ ਸਭ ਨੂੰ ਕਰਨਾ ਚਾਹੀਦਾ ਕਿ ਤੁਹਾਡੇ ਲੋਕਾਂ ਕਰਕੇ ਅੱਜ ਜਿਹੜਾ ਹੈਗਾ ਘਰ ਘਰ ਦੇ ਵਿੱਚ ਇਹੋ ਜਿਹੀਆਂ ਵੱਡੀਆਂ ਵੱਡੀਆਂ ਫਿਲਮਾਂ ਪਹੁੰਚੀਆਂ ਨੇ। ਬਹੁਤ ਬਹੁਤ ਧੰਨਵਾਦ ਸਰ ਜੀ, ਠੀਕ ਹੈ, ਬਹੁਤ ਬਹੁਤ ਧੰਨਵਾਦ।